ਅਸਲਾਮੁਅਲੈਕਮ ਬਾਈ ਜੀ, ਕੀ ਹਾਲ ਹੈ? ਠੀਕ ਹੋ? ਬਾਈ ਜੀ, ਇੱਕ ਖੁਸ਼ਖਬਰੀ ਹੈ ਮੇਰੇ ਕਿਸਾਨ ਵੀਰਾਂ ਵਾਸਤੇ ਕਿ ਜਿਹੜੀ ਖੈਬਰ ਪਖਤੂਨਖਵਾ ਹਕੂਮਤ ਆ ਉਹਨੇ ਬਾਈ ਜੀ ਇਹ ਐਲਾਨ ਕੀਤਾ, ਬਲਕਿ ਖਰੀਦਦਾਰੀ ਸ਼ੁਰੂ ਕਰ ਲਈ ਆ, ਗੰਦਮ ਖਰੀਦਣਾ ਉਹਨੇ ਸ਼ੁਰੂ ਕਰ ਲਈ ਆ ਬਾਈ ਜੀ, ਅਤੇ ਤਕਰੀਬਨ ਉਹਨੇ 30 ਮਈ ਤੱਕ ਬਾਈ ਜੀ ਗੰਦਮ ਖਰੀਦਣੀ ਆ ਜ਼ਿਮੀਂਦਾਰਾਂ ਕੋਲੋਂ, ਕਿਸਾਨਾਂ ਕੋਲੋਂ। ਅਤੇ ਇਹਦੇ ਵਿੱਚ ਬਾਈ ਜੀ ਇਹੀ ਫਾਇਦਾ ਵਾ, ਮਾਸ਼ਾਅੱਲਾ, ਇਹ ਖੁਸ਼ਖਬਰੀ ਇਹੀ ਆ ਮੇਰੇ ਕਿਸਾਨ ਭਾਈਆਂ ਵਾਸਤੇ ਕਿ ਅਗਰ ਪੰਜਾਬ 'ਚੋਂ ਜਦੋਂ ਗੰਦਮ ਉਹ ਖਰੀਦਦਾਰੀ ਕਰ ਰਹੀ ਆ ਹਕੂਮਤ ਖੈਬਰ ਪਖਤੂਨਖਵਾ ਦੀ, ਅਤੇ ਉਹ ਗੰਦਮ ਖਰੀਦ ਕੇ ਉੱਧਰ ਲੈ ਕੇ ਜਾਏਗੀ, ਅਤੇ ਇਨਸ਼ਾਅੱਲਾ ਇੱਥੇ ਜਿਹੜੇ ਇਮਕਾਨਾਤ ਆ ਗੰਦਮ ਦਾ ਰੇਟ ਵਧਣ ਦੇ ਆ, ਅਤੇ ਅੱਲਾ ਖੈਰ ਕਰੇ ਬਾਈ ਜੀ। ਇਸੇ ਤਰ੍ਹਾਂ ਹੀ ਉਹ ਕੋਈ 3 ਲੱਖ ਸ਼ਾਇਦ ਟਨ ਕਿੰਨੀ ਉਹਨਾਂ ਨੇ ਖਰੀਦਣ ਦਾ ਐਲਾਨ ਕੀਤਾ ਵਾ, ਅਤੇ ਅੱਲਾ ਕਰੇ ਇਸੇ ਤਰ੍ਹਾਂ ਹੀ ਹੋਵੇ ਬਾਈ ਜੀ, ਖੈਬਰ ਪਖਤੂਨਖਵਾ ਜਿਹੜੀ ਹਕੂਮਤ ਆ ਉਹ ਪੰਜਾਬ 'ਚੋਂ ਗੰਦਮ ਖਰੀਦ ਲਵੇ, ਅਤੇ ਮੇਰੇ ਕਿਸਾਨ ਵੀਰਾਂ ਨੂੰ ਕੋਈ ਫਾਇਦਾ ਹੋ ਜਾਏਗਾ, ਕੋਈ ਰੇਟ ਜਿਹੜਾ ਵੱਧ ਜਾਏਗਾ। ਬਾਈ ਜੀ, ਤੁਸੀਂ ਕੀ ਕਹਿੰਦੇ ਹੋ ਆਪਣੀ ਰਾਏ ਜ਼ਰੂਰ ਦਿਓ ਇਸ ਬਾਰੇ। ਮਿਲਦੇ ਹਾਂ ਨਵੀਂ ਵੀਡੀਓ ਨਾਲ। ਅੱਲਾ ਹਾਫਿਜ਼।